ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਵੈਦ ਸਤਵਿੰਦਰ ਕੌਰ ਮੇਰਾ ਇੱਥੇ ਅੰਮ੍ਰਿਤਸਰ ਦੇ ਵਿੱਚ ਕਲੀਨਿਕ ਹੈ ਇੱਥੇ ਹਰ ਤਰ੍ਹਾਂ ਦੇ ਰੋਗ ਦਾ ਇਲਾਜ ਕੀਤਾ ਜਾਂਦਾ ਹੈ ਇੱਥੇ ਸਪੈਸ਼ਲੀ ਮਰਦਾਨਾ ਕਮਜ਼ੋਰੀ ਦਾ ਇਲਾਜ ਕੀਤਾ ਜਾਂਦਾ ਹੈ ਗੁਪਤ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ ਜਿਸ ਵਾਸਤੇ ਮੈਂ ਤੇਲ ਬਣਾਇਆ ਜਿਸ ਦਾ ਨਾਮ ਸ਼ਕਤੀ ਤੇਲ ਰੱਖਿਆ ਹੈ ਔਰ ਇਹ ਦੇਸ਼ ਵਿਦੇਸ਼ ਦੇ ਵਿੱਚ ਜਾ ਰਿਹਾ ਹੈ ਔਰ ਬਹੁਤ ਵਧੀਆ ਇਹਦਾ ਰਿਜ਼ਲਟ ਹੈ ਬਹੁਤ ਵਧੀਆ ਇਹਦੇ ਬੈਨੀਫਿਟ ਨੇ ਇੱਥੇ ਆਓ ਅਤੇ ਲਾਭ ਉਠਾਓ ਮੇਰਾ ਕਲੀਨਿਕ ਅੰਮ੍ਰਿਤਸਰ ਚਾਲ ਮਾਰਕੀਟ ਤਰਨ ਤਾਰਨ ਰੋਡ 'ਤੇ ਆ ਧੰਨਵਾਦ ਸਰਬੱਤ ਦੇ ਭਲੇ ਦੀ ਰੱਬਾ ਕਰਦੇ ਹਾਂ ਅਰਦਾਸ ਸੁਖੀ ਰਵੇ ਹਰ ਕੋਈ ਇੱਥੇ ਕੋਈ ਨਾ ਦਿਸੇ ਉਦਾਸ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦਿਲ ਦੇ ਅਰਮਾਨ ਵਿੱਚ ਅੱਜ ਤੁਹਾਡੇ ਰੂਬਰੂ ਜਿਨ੍ਹਾਂ ਨੂੰ ਕਰਾਉਣ ਜਾ ਰਹੇ ਹਾਂ ਉਹਨਾਂ ਨੂੰ ਮਿਲਾਉਣ ਤੋਂ ਪਹਿਲਾਂ ਤੁਹਾਡੇ ਨਾਲ ਮੈਂ ਇੱਕ ਗੱਲ ਕਰਨੀ ਚਾਹੁੰਦਾ ਹਾਂ ਅੱਜ ਕੱਲ੍ਹ ਸਾਡੇ ਸਰੀਰ ਦੇ ਹਿਸਾਬ ਨਾਲ ਜਿਸ ਤਰ੍ਹਾਂ ਸਾਡਾ ਖਾਣ ਪੀਣ ਹੈ ਸਾਡੇ ਸਰੀਰ ਨੂੰ ਕੁਛ ਨਾ ਕੁਛ ਹੁੰਦਾ ਰਹਿੰਦਾ ਹੈ ਅਸੀਂ ਕੀ ਕਰਦੇ ਹਾਂ ਕੈਮਿਸਟ ਕੋਲ ਜਾਂਦੇ ਹਾਂ ਦੋ ਗੋਲੀਆਂ ਆਹ ਲੈ ਲਈਆਂ ਦੋ ਗੋਲੀਆਂ ਉਹ ਲੈ ਲਈਆਂ ਇਸ ਤਰ੍ਹਾਂ ਹੀ ਖਾ ਲੈਂਦੇ ਹਾਂ ਅਤੇ ਇਸ ਤਰ੍ਹਾਂ ਹੀ ਸਾਡੇ ਸਰੀਰ ਨੂੰ ਕੋਈ ਨਾ ਕੋਈ ਨੁਕਸਾਨ ਪਹੁੰਚਦਾ ਰਹਿੰਦਾ ਹੈ ਹੌਲੀ ਹੌਲੀ ਸਾਨੂੰ ਅੱਗੇ ਚੱਲ ਕੇ ਪਤਾ ਲੱਗਦਾ ਹੈ ਕਿ ਇਹਨਾਂ ਦੇ ਕੀ ਨੁਕਸਾਨ ਹੁੰਦੇ ਹਨ ਸਾਡੇ ਦੇਸ਼ ਵਿੱਚ ਇੱਕ ਅਜਿਹੀ ਕੁਦਰਤੀ ਦਾਤ ਵੀ ਹੈ ਜਿਨ੍ਹਾਂ ਨੂੰ ਸਾਇੰਸ ਵੀ ਮੰਨਦੀ ਹੈ ਉਸ ਨੂੰ ਅਸੀਂ ਆਯੁਰਵੇਦ ਕਹਿੰਦੇ ਹਾਂ ਇਸ ਲਈ ਅਸੀਂ ਅੱਜ ਵੈਦ ਸਤਵਿੰਦਰ ਕੌਰ ਜੀ ਕੋਲ ਆਏ ਹਾਂ ਅਤੇ ਆਯੁਰਵੇਦ ਬਾਰੇ ਜਾਣਕਾਰੀ ਹਾਸਲ ਕਰਾਂਗੇ ਅਤੇ ਉਹਨਾਂ ਨਾਲ ਕੁਝ ਗੱਲਾਂ ਬਾਤਾਂ ਕਰਾਂਗੇ ਕਿ ਇਸ ਚੀਜ਼ ਦੇ ਕੀ ਫਾਇਦੇ ਅਤੇ ਕੀ ਨੁਕਸਾਨ ਹਨ ਆਓ ਸਵਾਗਤ ਕਰਦੇ ਹਾਂ ਵੈਦ ਸਤਵਿੰਦਰ ਕੌਰ ਜੀ ਦਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਸ਼ੋਅ ਵਿੱਚ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹਾਂ ਕਿ ਆਯੁਰਵੇਦ ਕਿਸ ਨੂੰ ਕਹਿੰਦੇ ਹਨ ਅਤੇ ਇਹਦੇ ਅੰਗਰੇਜ਼ੀ ਦਵਾਈਆਂ ਦੇ ਮੁਕਾਬਲੇ ਕੀ ਨੁਕਸਾਨ ਹਨ ਜਾਂ ਬਿਲਕੁਲ ਵੀ ਨਹੀਂ ਹਨ ਆਯੁਰਵੇਦ ਅੱਜ ਅਸੀਂ ਇਸਨੂੰ ਆਯੁਰਵੇਦ ਦਾ ਨਾਮ ਦੇ ਦਿੱਤਾ ਪਹਿਲੇ ਪੁਰਾਣੇ ਬਜ਼ੁਰਗ ਇਹਨੂੰ ਦੇਸੀ ਦਵਾਈਆਂ ਬੋਲਦੇ ਸੀਗੇ ਦੇਸੀ ਦਵਾਈਆਂ ਮਤਲਬ ਘਰ ਦਾ ਇਲਾਜ ਡਾਕਟਰਾਂ ਕੋਲ ਹਕੀਮਾਂ ਕੋਲ ਜਾਣ ਦੀ ਜ਼ਰੂਰਤ ਨਹੀਂ ਸੀ ਪੈਂਦੀ ਸਾਡੇ ਸਿਆਣੇ ਬਜ਼ੁਰਗ ਜਿਹੜੇ ਘਰ ਦਾ ਇਲਾਜ ਕਰਦੇ ਸੀ ਉਸਨੂੰ ਅਸੀਂ ਦੇਸੀ ਇਲਾਜ ਬੋਲਦੇ ਸੀ ਅੱਜ ਦੇਸੀ ਇਲਾਜ ਨੂੰ ਹੀ ਆਯੁਰਵੇਦ ਦਾ ਨਾਮ ਦਿੱਤਾ ਗਿਆ ਹੈ ਔਰ ਆਯੁਰਵੇਦਿਕ ਦਵਾਈ ਜਿਹੜੀ ਹੈ ਅਗਰ ਪਿਓਰ ਆਯੁਰਵੇਦਿਕ ਹੋਵੇ ਤਾਂ ਇਸਦਾ ਕੋਈ ਨੁਕਸਾਨ ਨਹੀਂ ਵੱਧ ਘੱਟ ਵੀ ਖਾਧੀ ਜਾਵੇ ਤੀ ਇਸਦਾ ਨੁਕਸਾਨ ਕੋਈ ਨਹੀਂ ਕਰੇਗੀ ਅਤੇ ਫਾਇਦਾ ਕਰੇਗੀ ਨੁਕਸਾਨ ਕੋਈ ਨਹੀਂ ਕਰੇਗੀ ਅਗਰ ਅਸੀਂ ਆਪਣੇ ਫਾਇਦੇ ਵਾਸਤੇ ਇਹਦੇ ਵਿੱਚ ਐਲੋਪੈਥਿਕ ਯਾਨੀ ਕਿ ਅੰਗਰੇਜ਼ੀ ਦਵਾਈ ਮਿਕਸ ਕਰ ਦਿੰਦੇ ਹਾਂ ਤਾਂ ਫਿਰ ਉਹ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਇਹ ਪਾਪ ਹੈ ਇਹ ਬਿਲਕੁਲ ਨਹੀਂ ਕਰਨਾ ਚਾਹੀਦਾ ਮੈਂ ਅੱਜ ਦੇ ਵੈਦ ਭਰਾਵਾਂ ਨੂੰ ਭੈਣਾਂ ਨੂੰ ਇਹ ਮੈਸੇਜ ਦਿੰਦੀ ਹਾਂ ਕਿ ਤੁਸੀਂ ਆਯੁਰਵੈਦਿਕ ਦੇ ਵਿੱਚ ਐਲੋਪੈਥਿਕ ਦਵਾਈ ਯਾਨੀ ਕਿ ਅੰਗਰੇਜ਼ੀ ਦਵਾਈ ਬਿਲਕੁਲ ਮਿਕਸ ਨਾ ਕਰਿਓ ਅੰਗਰੇਜ਼ੀ ਦਵਾਈ ਖਾਣ ਨਾਲ ਆਰਾਮ ਤਾਂ ਜਲਦੀ ਆ ਜਾਂਦਾ ਪਰ ਇਹਦੇ ਸਾਈਡ ਇਫੈਕਟ ਵੀ ਹਨ ਅਤੇ ਹੌਲੀ ਹੌਲੀ ਇਸਦਾ ਅਸਰ ਬਾਅਦ ਵਿੱਚ ਵੀ ਹੁੰਦਾ ਹੈ ਪਰ ਆਯੁਰਵੇਦਿਕ ਖਾਣ ਨਾਲ ਮੈਂ ਸਮਝਦਾ ਹਾਂ ਕਿ ਇਹ ਬਿਮਾਰੀ ਜਿਹੜੀ ਹੈ ਜੜ੍ਹ ਤੋਂ ਖਤਮ ਹੋ ਜਾਂਦੀ ਹੈ ਹਾਂਜੀ ਮੇਰੇ ਵੀਰ ਜੀ ਇਹਦੀ ਜਦੋਂ ਅਸੀਂ ਆਯੁਰਵੈਦਿਕ ਦਵਾਈ ਖਾਂਦੇ ਹਾਂ ਇਹਨੂੰ ਦਵਾਈ ਨੂੰ ਖਾਣਾ ਤਾਂ ਲੰਬੇ ਟਾਈਮ ਪੈਂਦਾ ਬਟ ਇਹ ਹੈ ਕਿ ਇਸ ਦੇ ਨਾਲ ਜੜ੍ਹ ਤੋਂ ਇਲਾਜ ਜਿਹੜਾ ਹੈ ਉਹ ਹੋ ਜਾਂਦਾ ਹੈ ਮੁਸ਼ਕਿਲ ਜਿਹੜੀ ਹੈ ਜੜ੍ਹ ਤੋਂ ਖਤਮ ਹੋ ਜਾਂਦੀ ਹੈ ਅਗਰ ਅਸੀਂ ਐਲੋਪੈਥਿਕ ਦਵਾਈ ਖਾਂਦੇ ਹਾਂ ਤਾਂ ਜਦ ਦੀ ਜ਼ਿਆਦਾ ਆਰਾਮ ਆ ਜਾਂਦਾ ਹੈ ਬਟ ਇਹ ਹੈ ਕਿ ਬਸ ਫਾਰ ਦੀ ਟਾਈਮ ਉਸ ਤੋਂ ਬਾਅਦ ਫਿਰ ਅਸੀਂ ਉਸੇ ਮੁਸ਼ਕਿਲ ਵਿੱਚ ਫਸੇ ਰਹਿੰਦੇ ਹਾਂ ਇਸ ਕਰਕੇ ਪਲੀਜ਼ ਰਿਕੁਐਸਟ ਆ ਕਿ ਆਯੁਰਵੈਦਿਕ ਦਵਾਈ ਨੂੰ ਅਪਣਾਓ ਆਯੁਰਵੇਦ ਵਿੱਚ ਹਰ ਤਰ੍ਹਾਂ ਦਾ ਇਲਾਜ ਹੈ ਪਰ ਤੁਸੀਂ ਜ਼ਿਆਦਾਤਰ ਕਿਹੜੀ ਬਿਮਾਰੀਆਂ ਦਾ ਇਲਾਜ ਕਰਦੇ ਹੋ ਅਤੇ ਕਿਸ ਚੀਜ਼ 'ਚ ਜ਼ਿਆਦਾ ਮਾਹਿਰ ਹੋ ਮੈਂ ਜੀ ਵੈਸੇ ਜੈਂਟਸ ਪ੍ਰੋਬਲਮ ਗੁਪਤ ਪ੍ਰੋਬਲਮ ਜਿਹੜੀ ਹੁੰਦੀ ਆ ਉਹਦੇ ਵਿੱਚ ਜ਼ਿਆਦਾ ਮੈਂ ਕੰਮ ਕਰਦੀ ਹਾਂ ਅਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਰੇ ਪਰਸਨ ਠੀਕ ਹੁੰਦੇ ਨੇ ਔਰ ਇਸ ਤੋਂ ਬਾਅਦ ਮੈਂ ਗੁਰਦੇ ਦੀ ਪੱਥਰੀ ਦਾ ਇਲਾਜ ਕਰਦੀ ਹਾਂ ਉਹ ਵੀ ਸਿਰਫ 20 ਦਿਨ ਦੀ ਦਵਾਈ ਦਿੰਦੀ ਹਾਂ ਬਿਨਾਂ ਪੈਸਿਆਂ ਤੋਂ ਗੁਰਦੇ ਦੀ ਪੱਥਰੀ ਜੋ ਹੈ ਉਹ 21 mm ਤੱਕ ਖਤਮ ਹੋ ਜਾਂਦੀ ਹੈ ਛੋਟੀ ਤਾਂ ਜਿੰਨੀ ਮਰਜ਼ੀ ਹੋਵੇ ਵੱਡੀ ਜੋ ਹੈ ਉਹ 21 mm ਤੱਕ ਖਤਮ ਹੋ ਜਾਂਦੀ ਆ 20 ਦਿਨ ਦੀ ਦਵਾਈ ਦਿੰਦੇ ਹਾਂ ਬਸ ਅਤੇ ਅੰਗਰੇਜ਼ੀ ਦਵਾਈ ਖਾਣ ਨਾਲ ਪਿੱਤੇ ਦੀ ਪੱਥਰੀ ਦਾ ਇਲਾਜ ਤਾਂ ਹੈ ਨਹੀਂ ਅਤੇ ਉਹਦਾ ਸਿੱਧਾ ਓਪਰੇਸ਼ਨ ਦੱਸਦੇ ਹਨ ਕਿ ਆਯੁਰਵੇਦ ਵਿੱਚ ਇਸਦਾ ਇਲਾਜ ਵੀ ਹੈਗਾ ਹਾਂਜੀ ਮੇਰੇ ਵਿੱਚ ਜੀ ਹੈਗਾ ਤਾਂ ਹੈ ਇਲਾਜ ਬਟ ਇਹ ਕਿ ਲੋਕ ਮੰਨਦੇ ਨਹੀਂ ਇਸ ਦਾ ਇਲਾਜ ਜ਼ਿਆਦਾ ਲੰਬਾ ਹੈ ਇੰਨਾ ਲੰਬਾ ਇਲਾਜ ਲੋਕ ਮੰਨਦੇ ਨਹੀਂ ਵੈਸੇ ਤਾਂ ਪਰਮਾਤਮਾ ਕਰੇ ਕਿਸੇ ਨੂੰ ਕੋਈ ਇਹ ਪ੍ਰੋਬਲਮ ਪਵੇ ਨਾ ਅਗਰ ਅਸੀਂ ਚਾਹੀਏ ਕਿ ਹਾਂ ਇਹ ਕੰਮ ਕਰਨਾ ਹੈ ਔਰ ਅਗਲਾ ਸਾਡੇ 'ਤੇ ਵਿਸ਼ਵਾਸ ਕਰੇ ਤਾਂ ਫਿਰ ਇਹਦਾ ਵੀ ਇਲਾਜ ਹੈਗਾ ਤੁਹਾਨੂੰ ਆਯੁਰਵੇਦ ਵਿੱਚ ਇਲਾਜ ਕਰਦੇ ਹੋਏ
ਕਿੰਨਾ ਟਾਈਮ ਹੋ ਚੁੱਕਾ ਹੈ? ਮੈਨੂੰ ਜੀ 15 ਸਾਲ ਹੋ ਗਿਆ। ਕਾਫੀ ਲੰਬਾ ਤਜਰਬਾ ਤੁਹਾਡੇ ਕੋਲ। ਵਾਹਿਗੁਰੂ ਦੀ ਕਿਰਪਾ ਹੈ ਜੀ। ਤੇ ਹੁਣ ਤੱਕ ਤੁਸੀਂ ਕੋਈ ਵੱਡੀ ਬਿਮਾਰੀ ਦੇ ਵੀ ਇਲਾਜ ਕੀਤੇ ਹੋਏ ਨੇ ਕਿ ਜਿਨ੍ਹਾਂ ਦੇ ਰਿਜ਼ਲਟ ਤੁਹਾਨੂੰ ਪੋਜ਼ਿਟਿਵ ਮਿਲੇ ਹੋਣ? ਜੀ ਹਾਂ ਜੀ, ਜਿਸ ਤਰ੍ਹਾਂ ਕੀ ਕਾਲਾ ਪੀਲੀਆ ABC, ਤਿੰਨ ਤਰ੍ਹਾਂ ਦਾ ਹੁੰਦਾ ਹੈ। ਇਹ ਤਾਂ ਜਿਹਨੂੰ ਆਪਾਂ ਬੋਲ ਲੈਂਦੇ ਹਾਂ ਜਿਸ ਤਰ੍ਹਾਂ ਆਮ ਪੀਲੀਆ ਹੋ ਗਿਆ ਜੀ, ਉਹ ਦਵਾਈ ਲੈ ਲਓ ਉਹ ਲੈ ਲਓ। ਬੀ ਇਸ ਤੋਂ ਅਗਲਾ ਸਟੈਪ ਹੈ, ਸੀ ਲਾਸਟ ਸਟੈਪ ਹੈ, ਸੀ ਦਾ ਇਲਾਜ ਵੀ ਇੱਥੇ ਹੋ ਗਿਆ। ਬਹੁਤ ਵਧੀਆ ਗੱਲ ਜੀ। ਅਤੇ ਇਸ ਦੀਆਂ ਸਾਰੀਆਂ ਦਵਾਈਆਂ ਤੁਸੀਂ ਆਪਣੇ ਹੱਥੀਂ ਤਿਆਰ ਕਰਦੇ ਹੋ? ਜੀ ਹਾਂ ਜੀ, ਮੈਂ ਆਪਣੇ ਹੱਥੀਂ ਤਿਆਰ ਕਰਦੀ ਹਾਂ। ਜੋ ਵੀ ਪਾਊਡਰ ਵਗੈਰਾ ਜਾਂ ਜਿਸ ਤਰ੍ਹਾਂ ਦਾ ਵੀ ਹੈ, ਸਭ ਕੁਝ ਆਪਣੇ ਹੱਥੀਂ? ਜੋ ਵੀ ਦਵਾਈ ਦੇਣੀ ਆ ਮੈਂ ਆਪ ਤਿਆਰ ਕਰਦੀ। ਤੇ ਕੋਈ ਤੁਸੀਂ ਆਪਣੇ ਨਾਮ ਦੇ ਨਾਲ ਜਾਂ ਕੁਛ ਕੋਈ ਪ੍ਰੋਡਕਟ ਆਪਣਾ ਤਿਆਰ ਵੀ ਕੀਤਾ ਹੈ? ਹਾਂਜੀ ਹਾਂਜੀ, ਮੈਂ ਮਰਦਾਨਾ ਕਮਜ਼ੋਰੀ ਵਾਸਤੇ ਇੱਕ ਓਇਲ ਤਿਆਰ ਕੀਤਾ ਹੈ ਅਤੇ ਉਹ ਮੈਂ ਤੁਹਾਨੂੰ ਦਿਖਾਉਂਦੀ ਹਾਂ। ਕੀ ਨਾਮ ਰੱਖਿਆ ਉਹਦਾ? ਉਹਦਾ ਨਾਮ ਰੱਖਿਆ ਜੀ ਸ਼ਕਤੀ ਤੇਲ। ਇਹ ਵਾਲਾ ਜੀ? ਹਾਂਜੀ ਹਾਂਜੀ, ਇਹ ਵਾਲਾ ਸਪੈਸ਼ਲ ਸ਼ਕਤੀ ਤੇਲ। ਤੇ ਆਪਣੀਆਂ ਦਵਾਈਆਂ ਦੇ ਵਿੱਚ ਤੁਸੀਂ ਅੰਗਰੇਜ਼ੀ ਦਵਾਈਆਂ ਦਾ ਇਸਤੇਮਾਲ ਵੀ ਕਰਦੇ ਹੋ? ਜੀ ਨਹੀਂ, ਬਿਲਕੁਲ ਵੀ ਨਹੀਂ, ਮੈਂ ਨਾਮ ਵੀ ਨਹੀਂ ਲੈਂਦੀ ਅੰਗਰੇਜ਼ੀ ਦਵਾਈਆਂ ਦਾ। ਤੇ ਆਪਣੇ ਤਜਰਬੇ ਦੇ ਹਿਸਾਬ ਨਾਲ ਤੁਸੀਂ ਹੋਰ ਦੱਸੋ ਕਿ ਆਯੁਰਵੇਦ ਦੇ ਹੋਰ ਕੀ ਕੀ ਫਾਇਦੇ ਹਨ? ਆਯੁਰਵੇਦ ਦੇ ਬਹੁਤ ਫਾਇਦੇ ਨੇ। ਅਗਰ ਕਿਸੇ ਦੇ ਘਰ ਬੱਚਾ ਨਾ ਹੁੰਦਾ ਹੋਵੇ ਤਾਂ ਉਹ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਇੱਥੇ ਇਲਾਜ ਹੋ ਜਾਂਦਾ। ਆਯੁਰਵੈਦਿਕ ਦੇ ਨਾਲ ਅਗਰ ਕਿਸੇ ਦਾ ਪੁਰਾਣਾ ਬੁਖਾਰ ਹੋਵੇ ਉਹ ਵੀ ਇਲਾਜ ਹੋ ਜਾਂਦਾ। ਆਯੁਰਵੈਦਿਕ ਦੇ ਨਾਲ ਅਗਰ ਕਿਸੇ ਦੀ ਪੁਰਾਣੀ ਖਾਂਸੀ ਹੋਵੇ ਉਹ ਵੀ ਇਲਾਜ ਹੋ ਜਾਂਦਾ। ਅਗਰ ਕਿਸੇ ਨੂੰ ਨਜ਼ਲਾ ਜ਼ੁਕਾਮ ਹੋਵੇ ਉਹ ਵੀ ਇਲਾਜ ਹੋ ਜਾਂਦਾ। ਤਕਰੀਬਨ A to Z ਅਗਰ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਪੇਸ਼ੈਂਟ ਆਵੇ ਤਾਂ ਵਾਹਿਗੁਰੂ ਕਿਰਪਾ ਕਰਦੇ ਨੇ। ਜ਼ਿਆਦਾਤਰ ਅਸੀਂ ਸੁਣਿਆ ਹੈ ਅੰਗਰੇਜ਼ੀ ਦਵਾਈ ਵੱਧ ਘੱਟ ਖਾਣ ਨਾਲ ਜਾਂ ਕਿਸੇ ਨੂੰ ਸੂਟ ਨਾ ਕਰਨ ਨਾਲ ਰਿਐਕਸ਼ਨ ਹੋ ਜਾਂਦੀ ਹੈ, ਕਿ ਆਯੁਰਵੇਦ ਵਿੱਚ ਵੀ ਇੱਦਾਂ ਹੁੰਦਾ? ਨਹੀਂ ਮੇਰੇ ਵੀਰ ਜੀ, ਆਯੁਰਵੈਦਿਕ ਵਿੱਚ ਇਹ ਵਾਲੀ ਪ੍ਰੋਬਲਮ ਨਹੀਂ ਆਉਂਦੀ। ਆਯੁਰਵੈਦਿਕ ਦੇ ਵਿੱਚ ਚਾਹੇ ਵੱਧ ਖਾਧੀ ਜਾਵੇ ਚਾਹੇ ਘੱਟ ਖਾਧੀ ਜਾਵੇ ਕੋਈ ਮੁਸ਼ਕਲ ਨਹੀਂ ਆਉਂਦੀ, ਇਹਨੇ ਕੋਈ ਨੁਕਸਾਨ ਨਹੀਂ। ਮਤਲਬ ਕਿਸੇ ਨੂੰ ਇਹਦਾ ਫਾਇਦਾ ਹੋਵੇ ਚਾਹੇ ਨਾ ਹੋਵੇ, ਨੁਕਸਾਨ ਨਹੀਂ ਹੋਏਗਾ? ਜੀ ਹਾਂਜੀ, ਨੁਕਸਾਨ ਇਹਦਾ ਕੋਈ ਨਹੀਂ ਹੋਏਗਾ। ਕਿਸੇ ਵੀ ਕਿਸਮ ਦੀ ਦਵਾਈ ਕੋਈ ਵੀ ਖਾਧੀ ਜਾਵੇ ਕੋਈ ਨੁਕਸਾਨ ਨਹੀਂ ਹੋਏਗਾ, ਬਸ਼ਰਤ ਹੈ ਕਿ ਇਹਦੇ ਵਿੱਚ ਐਲੋਪੈਥਿਕ ਮਿਕਸ ਨਾ ਹੋਵੇ। ਮੈਂ ਵਾਰ ਵਾਰ ਇਹੀ ਗੱਲ ਦੁਬਾਰਾ ਕਹਿਣੀ ਚਾਹਾਂਗੀ ਕਿ ਐਲੋਪੈਥਿਕ ਦਵਾਈ ਜਿਹੜੀ ਆਯੁਰਵੈਦਿਕ ਦੇ ਵਿੱਚ ਮਿਕਸ ਨਾ ਹੋਵੇ। ਆਯੁਰਵੈਦ ਵਿੱਚ ਮੈਂ ਸੁਣਿਆ ਕਿ ਜ਼ਿਆਦਾਤਰ ਕਾਫੀ ਚੀਜ਼ਾਂ ਸਾਡੇ ਘਰ ਦੇ ਵਿੱਚ ਵੀ ਪਈਆਂ ਹੁੰਦੀਆਂ ਹਨ ਕਿ ਜਿਨ੍ਹਾਂ ਨਾਲ ਕਈ ਬਿਮਾਰੀਆਂ ਦਾ ਇਲਾਜ ਹੋ ਜਾਂਦੇ ਹਨ, ਜਿਵੇਂ ਹਲਦੀ ਜਾਂ ਕੁਛ ਹੋਰ ਵੀ, ਇਹਦੇ ਬਾਰੇ ਵੀ ਕੋਈ ਜਾਣਕਾਰੀ ਦਿਓ ਜੀ। ਹਲਦੀ, ਅਜਵਾਇਣ, ਸੌਂਫ, ਜੀਰਾ, ਦਾਲਚੀਨੀ, ਮਗਾਂ, ਜੈਫਲ, ਇਹ ਤਕਰੀਬਨ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਘਰੇ ਹੁੰਦੀਆਂ, ਇਹ ਸਾਡੇ ਘਰ ਰਸੋਈ ਵਿੱਚੋਂ ਹੀ ਮਿਲ ਜਾਂਦੀ। ਮਤਲਬ ਛੋਟੀ ਤੋਂ ਛੋਟੀ ਬਿਮਾਰੀ ਲਈ ਜਿਵੇਂ ਅਸੀਂ ਕੈਮਿਸਟ ਕੋ ਭੱਜੇ ਜਾਂਦੇ ਹਾਂ, ਕਿਸੇ ਕੋ ਭੱਜੇ ਜਾਂਦੇ ਹਾਂ, ਉਹਨਾਂ ਦਾ ਇਲਾਜ ਸਾਡੇ ਘਰ ਵਿੱਚ ਹੀ ਹੈ। ਜੀ ਜੀ, ਬਸ ਇੱਕ ਨੌਲੇਜ ਹੋਣੀ ਜ਼ਰੂਰੀ ਹੈ, ਨੌਲੇਜ ਹੋਣੀ ਜ਼ਰੂਰੀ ਹੈ। ਕੋਈ ਜਾਣਕਾਰੀ ਦੇਣਾ ਚਾਹੋਗੇ ਕਿ ਜਿਵੇਂ ਕੋਈ ਛੋਟੀ ਮੋਟੀ ਚੀਜ਼ ਘਰੇ ਪਈ ਹੋਵੇ ਤਾਂ ਉਹਦੇ ਲਈ ਸਾਡੇ ਨੂੰ ਕੀ ਫਾਇਦੇ ਹੋ ਸਕਦੇ ਨੇ? ਜੀ ਹਾਂਜੀ, ਕਿਸੇ ਤਰ੍ਹਾਂ ਦੀ ਅੰਦਰ ਸੱਟ ਲੱਗੀ ਹੋਵੇ ਚਾਹੇ ਪੁਰਾਣੀ ਤੋਂ ਪੁਰਾਣੀ ਲੱਗੀ ਹੋਵੇ, ਅਸੀਂ ਦੁੱਧ ਵਿੱਚ ਹਲਦੀ ਪਾ ਕੇ ਪੀ ਲਈਏ ਤਾਂ ਉਹ ਠੀਕ ਹੋ ਜਾਂਦੀ ਆ। ਅਗਰ ਕਿਸੇ ਨੂੰ ਅਫਾਰਾ ਹੋ ਜਾਂਦਾ ਤਾਂ ਉਹਦੇ ਵਾਸਤੇ ਜੀਰਾ, ਸੌਂਫ ਅਤੇ ਜਵੈਣ, ਇਹ ਤਿੰਨੋਂ ਚੀਜ਼ਾਂ ਦਾ ਕਾੜਾ ਬਣਾ ਕੇ ਪੀਤਾ ਜਾਵੇ, ਅਫਾਰਾ ਕਦੇ ਨਹੀਂ ਹੁੰਦਾ, ਗੈਸ ਕਦੇ ਨਹੀਂ ਹੁੰਦੀ, ਪੇਟ ਸਾਫ਼ ਰਹਿੰਦਾ। ਅਗਰ ਕਿਸੇ ਦਾ ਲੀਵਰ ਖਰਾਬ ਹੋਵੇ ਤਾਂ ਉਹ ਵੀ ਇਸ ਚੀਜ਼ ਦੇ ਨਾਲ, ਇਸ ਤਿੰਨਾਂ ਚੀਜ਼ਾਂ ਦੇ ਨਾਲ ਠੀਕ ਹੋ ਜਾਂਦਾ। ਹਾਂ, ਵੱਧ ਘੱਟ ਖਾਧਾ ਜਾਵੇ ਜਿਵੇਂ ਸਾਨੂੰ ਉਲਟੀਆਂ ਨੂੰ ਕਰਦੀ ਕਿਸੇ ਵੇਲੇ, ਤਾਂ ਅਸੀਂ ਕੈਮਿਸਟ ਕੋਲ ਭੱਜ ਜਾਂਦੇ ਹਾਂ, ਉਹ ਕੀ ਕਰਦੇ ਸਾਨੂੰ ਗੋਲੀ ਦਿੰਦੇ ਆ, ਸਾਡੀ ਉਲਟੀ ਤਾਂ ਬੰਦ ਹੋ ਜਾਂਦੀ ਪਰ ਸਾਡੇ ਅੰਦਰ ਜੋ ਐਸਿਡ ਬਣਿਆ ਜਾਂ ਕੁਛ ਵੀ ਬਣਿਆ ਉਹ ਸਾਡੇ ਅੰਦਰ ਹੀ ਰਹਿ ਜਾਂਦਾ। ਨਹੀਂ ਜੀ, ਇਹਦੇ ਨਾਲ ਕੋਈ ਮੁਸ਼ਕਲ ਨਹੀਂ ਆਏਗੀ। ਹਾਂਜੀ, ਇਹਦੇ ਨਾਲ ਕੋਈ ਮੁਸ਼ਕਲ ਨਹੀਂ ਆਏਗੀ, ਔਰ ਕੋਸ਼ਿਸ਼ ਕਰੋ ਕਿ ਇਹਨਾਂ ਚੀਜ਼ਾਂ ਦੇ ਨਾਲ ਹੀ ਤੁਸੀਂ ਉਹ ਜੋ ਵੀ ਪੇਸ਼ੈਂਟ ਆ ਉਹ ਠੀਕ ਹੋ ਜਾਵੇ। ਬਹੁਤ ਬਹੁਤ ਧੰਨਵਾਦ ਜੀ। ਅਤੇ ਜਾਂਦੇ ਜਾਂਦੇ ਸਾਡੇ ਕੋਈ ਦਰਸ਼ਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋਵੋ ਤਾਂ ਜ਼ਰੂਰ ਦਿਓ ਜੀ। ਹਾਂਜੀ, ਮੈਂ ਇਹੀ ਸੁਨੇਹਾ ਦੇਣਾ ਚਾਹੁੰਦੀ ਹਾਂ ਦਰਸ਼ਕਾਂ ਨੂੰ ਕਿ ਲੋਕਡਾਊਨ ਚੱਲ ਰਿਹਾ, ਮਹਾਂਮਾਰੀ ਦਾ ਟਾਈਮ ਆ, ਆਪਣੇ ਆਪ ਦੀ ਆਪ ਸੰਭਾਲ ਕਰੋ। ਮੋਦੀ ਜੀ ਨੇ ਤਾਂ ਖੋਲ੍ਹ ਦਿੱਤਾ ਲੋਕਡਾਊਨ, ਲੇਕਿਨ ਤੁਸੀਂ ਖੁੱਲ੍ਹਿਆ ਨਾ ਸਮਝੋ ਇਸ ਨੂੰ, ਆਪਣੇ ਆਪ ਨੂੰ ਇਸ ਵਿੱਚ ਕਵਰ ਕਰਕੇ ਰੱਖੋ। ਹੱਥ ਵਾਰ ਵਾਰ ਧੋਵੋ, ਮਾਸਕ ਪਾ ਕੇ ਬਾਹਰ ਜਾਓ, ਦੂਰੀ ਬਣਾ ਕੇ ਰੱਖੋ, ਬੱਚਿਆਂ ਨੂੰ ਸੰਭਾਲ ਕੇ ਰੱਖੋ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਸ਼ੋਅ ਵਿੱਚ ਆਉਣ ਲਈ। ਇਹ ਸਨ ਵੈਦ ਸਤਵਿੰਦਰ ਕੌਰ ਜੀ, ਜਿਨ੍ਹਾਂ ਕੋਲੋਂ ਅਸੀਂ ਆਯੁਰਵੇਦ ਬਾਰੇ ਜਾਣਕਾਰੀ ਹਾਸਲ ਕੀਤੀ। ਹੁਣ ਅਸੀਂ ਮਿਲਾਂਗੇ ਇੱਕ ਨਵੇਂ ਚਿਹਰੇ ਦੇ ਨਾਲ, ਤਦ ਤੱਕ ਦਿਓ ਇਜਾਜ਼ਤ। ਤੁਹਾਡਾ ਆਪਣਾ ਗੁਰਪ੍ਰੀਤ ਸਿੰਘ, ਸਤਿ ਸ੍ਰੀ ਅਕਾਲ ਜੀ। Subscribe now and press the bell icon. Never miss an update.